ਇੱਕ ਪਿੰਡ ਦੇ ਵਿੱਚ ਚੋਰਾਂ ਨੇ ਵੱਡਾ ਕਾਂਡ ਕੀਤਾ ਜਿੱਥੇ ਕਿ 18 ਦੇ ਕਰੀਬ ਟਰਾਂਸਫਾਰਮਰ ਚੋਰਾਂ ਨੇ ਚੋਰੀ ਕਰ ਲਏ। ਦੱਸ ਦਈਏ ਕਿ ਇੱਕੋ ਰਾਤ ਚੋਰਾਂ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਜਿਸ ਦੇ ਕਾਰਨ ਕਿਸਾਨ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਮਾਨਸਾ ਦੇ ਜੋਗਾ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕੋ ਰਾਤ ਚੋਰਾਂ ਨੇ 18 ਦੇ ਕਰੀਬ ਟਰਾਂਸਫਾਰਮਰ ਚੋਰੀ ਕਰ ਲਏ। ਹਾਲਾਂਕਿ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ 2 ਸਾਲਾਂ ਤੋਂ ਕਰੀਬ ਲਗਾਤਾਰ ਅਜਿਹੀ ਚੋਰੀਆਂ ਹੋ ਰਹੀਆਂ ਨੇ। ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੇ ਬਾਰੇ ਸੂਚਨਾ ਦਿੱਤੀ ਗਈ ਹੈ ਪਰ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਅਤੇ ਨਤੀਜਾ ਹੁਣ 18 ਦੇ ਕਰੀਬ ਟਰਾਂਸਫਾਰਮਰਾਂ ਨੂੰ ਚੋਰਾਂ ਦੇ ਵੱਲੋਂ ਇੱਕੋ ਰਾਤ ਨਿਸ਼ਾਨਾ ਬਣਾਇਆ ਗਿਆ। ਤਾਂ ਦੱਸ ਦਈਏ ਕਿ ਮਾਨਸਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕੋ ਪਿੰਡ ਦੇ ਵਿੱਚ ਚੋਰਾਂ ਨੇ 18 ਦੇ ਕਰੀਬ ਮੋਟਰਾਂ 'ਤੇ ਲੱਗੇ ਹੋਏ ਟਰਾਂਸਫਾਰਮਰ ਚੋਰੀ ਕਰ ਲਏ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਕਦੇ ਮੋਟਰ ਵਾਲੇ ਕਮਰੇ 'ਚੋਂ ਤਾਰਾਂ ਅਤੇ ਕਦੇ ਸਟਾਰਟਰ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤਾਂ ਦੱਸ ਦਈਏ ਕਿ ਮਾਨਸਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਨੇ ਇੱਕੋ ਰਾਤ 18 ਦੇ ਕਰੀਬ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ। ਬਈ ਪਹਿਲਾਂ ਤਾਂ ਆਪਣਾ ਪਿੰਡ ਜੋਗਾ ਹੈ ਨਾ, ਇੱਥੇ ਟਰਾਂਸਫਾਰਮ ਬਈ ਘੱਟ ਤੋਂ ਘੱਟ 17-18 ਚੋਰੀ ਹੋਏ ਨੇ, ਠੀਕ ਆ। ਰੋਜ਼ ਮੰਗੀ ਚੋਰੀ ਹੋ ਜਾਂਦੇ, ਪਰਸੋਂ ਵੀ ਪਹਿਲਾਂ ਵੀ ਸਾਡੇ ਪਿੰਡ ਕਦੇ ਤਾਰਾਂ ਲਾ ਕੇ ਲੈ ਗਏ ਟਰਾਂਸਫਾਰਮ। ਅੱਜ ਤੱਕ 2 ਸਾਲ ਹੋ ਗਏ ਇਹ ਚੋਰੀ ਚੱਲਦੀ ਨੂੰ ਅਤੇ ਲਗਾਤਾਰ ਹੀ ਕਦੇ ਟਰਾਂਸਫਾਰਮ ਲੈ ਜਾਂਦੇ, ਕਦੇ ਤਾਰਾਂ ਕੱਟ ਕੱਟ ਲੈ ਜਾਂਦੇ ਆ ਬਈ। ਬਾਹਲਾ ਨਜਾਇਜ਼ ਬੁਰਾ ਹਾਲ ਹੋਇਆ ਪਿਆ ਇੱਥੇ। ਆਹ ਦੇਖ ਲਓ ਹੁਣ, ਇਹਦੇ ਵਿੱਚ ਇਕੱਲਾ ਥੋੜ੍ਹਾ ਜਿਹਾ ਤੇਲ ਰਹਿ ਗਿਆ, ਬਾਕੀ ਸਾਰਾ ਲੈ ਗਏ ਬਈ ਚੱਕ ਕੇ। ਕਿੰਨਾ ਕੁ ਨੁਕਸਾਨ ਆ ਜੇ ਆਪਾਂ ਗੱਲ ਕਰੀਏ ਜਿਹੜੇ ਬਾਈਆਂ ਦਾ, ਹੋਰਾਂ ਦਾ ਵੀ ਆ? ਨੁਕਸਾਨ ਤਾਂ ਬਈ 17-18 ਘਰਾਂ ਦਾ ਹੋਇਆ ਜਿਹੜਾ ਪਰਸੋਂ ਰਾਤ ਨੂੰ ਹੋਇਆ ਗਾ। ਮੰਗ ਤਾਂ ਇਹੀ ਆ ਬਈ, ਜਿਹੜੇ ਬੰਦੇ ਲੱਭ ਕੇ, ਜਿਹੜੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪਹਿਲਾਂ ਵਾਲੇ ਤਾਂ ਲੱਭੇ ਨਹੀਂ ਗਏ, ਆਪਾਂ ਦੋਵੇਂ ਹੁਣ ਵਾਲੇ ਲੱਭ ਲਈਏ, ਠੀਕ ਹੈ। ਜੇ ਲੱਭ ਕੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਡਾ ਜਿਹੜਾ ਸਰਕਾਰੀ ਟਰਾਂਸਫਾਰਮ ਹੈ, ਠੀਕ ਹੈ, ਸਾਨੂੰ ਇਹ ਦੁਬਾਰੇ ਲੈ ਕੇ ਦਿੱਤਾ ਜਾਵੇ। ਇਹ ਤਾਂ ਸਰਕਾਰੀ ਵਾਲਿਆਂ ਨੂੰ ਤਾਂ ਹੈ ਨਾ, ਫਿਰ ਚਲੋ ਮਿਲ ਜੂ, ਜਿਹੜੇ ਦੂਸਰੇ ਨੇਗੇ ਉਹਨਾਂ ਦਾ ਤਾਂ ਉਦੋਂ ਵੱਧ ਨੁਕਸਾਨ ਹੋਊ। ਹਾਂ ਬਈ, ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਹੈ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ, ਠੀਕ ਆ, ਉਹਨਾਂ ਦੀ ਭਰਪਾਈ ਕੀਤੀ ਜਾਵੇ, ਠੀਕ ਹੈ। ਕਿਉਂਕਿ ਇਹ ਐਂ ਨਹੀਂ ਸੀ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਚਾਹੇ। ਹੁਣ ਮੰਨ ਲਓ 2 ਸਾਲ ਹੋ ਗਏ, ਅੱਜ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ ਇਹਨਾਂ ਤੋਂ, ਠੀਕ ਆ ਨਾ। ਕਦੇ ਤਾਂ ਕੋਈ ਬੰਦਾ ਫੜੀ ਜਾਵੇ, ਅੱਜ ਤੱਕ ਫੜੀ ਨਹੀਂ ਗਿਆ ਬਈ ਕੋਈ। ਟਰਾਂਸਫਾਰਮ ਦਾ ਬਈ ਯਾਰ 25-30 ਹਜ਼ਾਰ ਦਾ ਲਾ ਲਾ, 20-25 ਹਜ਼ਾਰ ਦਾ ਨੁਕਸਾਨ ਤਾਂ ਹੈਗੀ ਆ ਘੱਟੋ ਘੱਟ। ਅਤੇ ਬਾਕੀ ਡਿਲੀਵਰੀਆਂ ਨੇ ਕੇਬਲ ਵੱਢੀ ਗਈ ਹੈਗੀ, ਡਬਲ ਕੇਬਲ ਸੀਗੀ, ਮਤਲਬ ਵੀ 3 ਡਰਾਈਵਰੀਆਂ ਦੀ ਕੇਬਲ ਵੱਢੀ ਗਈ ਹੈ, 25 ਦਾ ਟਰਾਂਸਫਾਰਮ ਸੀਗਾ। ਅਤੇ ਬਾਕੀ ਬਾਈ ਨਾਂਗਾ ਨਹੀਂ, ਕੋਈ ਵਾਜਤਾ ਨਹੀਂ ਯਾਰ, ਪਤਾ ਨਹੀਂ ਕਿਵੇਂ ਰੱਬ ਜਾਣਦਾ ਕਿਵੇਂ ਲੈ ਕੇ ਗਿਆ ਕਿਵੇਂ ਨਾ ਲੈ ਕੇ ਗਿਆ। ਜਮਾਂ ਇਕੱਲਾ ਪੁਰਜਾ ਪੁਰਜਾ ਖੋਲਤਾ, ਘੱਟੋ ਘੱਟ 2-3 ਵਿਛਵੇ ਕਣਕ ਦੇ ਮਰ ਗਏ ਹੋਣਗੇ, ਸਣੇ ਸਟਾਰਟਰ ਲਏ ਖੋਲ ਕੇ ਬਈ ਯਾਰ। ਦਰਖਾਸਤ ਦੇ ਤੀ ਵੱਡੇ ਭਾਈ ਥਾਣੇ 'ਚ। ਕੀ ਮੰਗ ਕਰਦੇ? ਮੰਗ ਤਾਂ ਵੀਰੇ ਐਂ ਆ ਗਈ ਵੀ ਹੁਣ ਜਿਹੜਾ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰ ਨੂੰ ਵੱਲੋਂ, ਜਾਂ ਕੋਈ ਬੰਦੇ 'ਤੇ ਕਾਰਵਾਈ ਕੀਤੀ ਜਾਵੇ। ਹੈਂ, ਹੁਣ ਐਡਾ ਵੱਡਾ ਨੁਕਸਾਨ ਯਾਰ, ਕਿਸਾਨ ਕਿੱਥੇ ਹੁਣ? ਤੂੰ ਐਸਾ ਵਾਲਾ ਵੀ ਹੁਣ ਵਾਲਾ ਜੀਰੀ ਕਣਕ ਬੀਜੀ ਹੋਈ ਹੈ, ਦੇਖ ਜੀਰੀ ਦੇਖ ਵੱਢੀ ਕੇ ਵੇਚਤੀ, ਹੁਣ 1000 ਰੁਪਏ ਕਿਹੜੇ ਕੋਲ, ਕਿਸੇ ਕੋਲ ਪਏ ਹੁੰਦੇ ਨੇ ਦੇਖ ਨਾ। ਜੇ ਬਾਕੀ ਗੱਲ ਜੇ ਪੈਸੇ ਹੈ ਵੀ ਹੈਗੇ ਕਿ ਬਾਣੀ ਬੁਣੀ ਤੋਂ ਚੱਕੂ ਕਿੰਨਾ ਵਿਆਜ ਗੱਪਾ ਸੌ ਕੁਛ ਬਣ ਜਾਂਦਾ ਨਾ, ਇੰਨੇ ਪੈਸੇ ਕਿਸੇ ਕੋਲ ਵੀ ਨਹੀਂ ਹੁੰਦੇ ਬਾਈ। ਬਾਕੀ ਕਣਕ ਪਾਣੀ ਮੰਗਦੀ ਸੀ, ਕਣਕ ਨੂੰ ਪਾਣੀ ਲਾਉਣਾ ਸੀ ਕੱਲ੍ਹ ਨੂੰ ਯਾਰ, ਕਣਕ ਜਮ੍ਹਾਂ ਸੁੱਕੀ ਜਾਂਦੀ ਹੈ, ਸੂਏ 'ਚ ਪਾਣੀ ਨਹੀਂ ਹੈਗਾ ਗਾ ਵੀ। ਜਦ ਬੰਦਾ ਨਹਿਰੀ ਪਾਣੀ ਲਿਆਉਂਦਾ ਜਾਂ ਕੋਈ ਲਵੇ ਸਾਧਨ ਹੁੰਦਾ ਵੀ ਉਹਦੇ ਨਾਲ ਰਮਾ ਹੁੰਦਾ ਹੈਗਾ। ਹੈਂ,